ਬੇਸਮਤੋ ਕਿਸਾਨ ਜਥੇਬੰਦੀਆਂ ਆਪਣੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਜਿਵੇਂ ਬਾਰਡਰਾਂ ਉੱਪਰ ਧਰਨੇ ਦੇਣ ਵਾਸਤੇ ਬੈਠੀਆਂ ਹਨ ਉਸੇ ਤਰ੍ਹਾਂ ਹੁਣ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੀ ਆੜਤੀਆਂ ਵਿੱਚ ਫਿੱਕ ਪਾਈ ਜਾ ਰਹੀ ਹੈ ਉਸ ਦੇ ਅਗੇਂਸਟ ਅਸੀਂ ਗੱਲਬਾਤ ਕਰਾਂਗੇ ਵੀ ਜੇ ਕਾਲੜਾਈ ਨਾਲ ਇਹਨਾਂ ਨੂੰ ਪੁੱਛਦੇ ਹਾਂ ਕਿ ਇਸ ਵਿੱਚ ਕੀ ਹੈ ਤੇ ਕੀ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਨਮਸਤੇ ਸਰ ਨਮਸਕਾਰ ਜੀ ਸਰ ਇਹ ਜਿਹੜਾ ਖਾਕਾ ਇਕਤਿਆਰ ਕੀਤਾ ਜਾ ਰਿਹਾ ਕਿ ਜਿਹੜੀ ਕਿ ਆਪਣਾ ਕਿਸਾਨਾਂ ਦੀ ਜੋ ਵੀ ਪੇਮੈਂਟ ਹੋਏਗੀ ਉਹ ਉਹਨਾਂ ਦੇ ਖਾਤਿਆਂ ਵਿੱਚ ਹੀ ਪਾਈ ਜਾਵੇਗੀ ਤੇ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਸਿੱਧੀ ਪੇਮਰ ਕਿਸਾਨਾਂ ਦੇ ਖਾਤੇ 'ਚ ਪਾਉਣ ਵਾਲੀ ਗੱਲ ਹੈ ਇਹ 2018 ਤੋਂ ਹਿੰਦੁਸਤਾਨ ਦੀ ਸਰਕਾਰ ਨੇ ਸ਼ੁਰੂਆਤ ਕੀਤੀ ਵੀ ਹੈ PFMS ਪੋਰਟਲ ਦਾ ਪਹਿਲਾ ਬਹਾਨਾ ਲਾ ਕੇ ਆੜਤੀਆਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ PFMS ਪੋਰਟਲ ਦੇ ਵਿੱਚ ਕਿਸਾਨਾਂ ਦਾ ਡਾਟਾ ਚੜਾਓ ਸਾੜਨਾ ਨੇ ਵਾਅਦਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੀ ਇਹ ਸਿਰਫ ਤੇ ਸਿਰਫ ਇੱਕ ਟਰਾਂਸਪਰੈਂਸੀ ਦੇ ਤੌਰ ਤੇ ਵੀ ਕੀ ਕਿਸਾਨ ਦੇ ਖਾਤੇ ਪੈਸੇ ਜਾਂਦੇ ਕਿ ਨਹੀਂ ਜਾਂਦੇ ਉਹਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਦਾ ਉਪਰਾਲਾ ਹੈ ਅਸੀਂ ਉਹਨਾਂ ਦੀ ਗੱਲ ਮੰਨ ਕੇ ਅਸੀਂ PFMS ਪੋਰਟਲ ਤੇ ਕਿਸਾਨਾਂ ਦਾ ਡਾਟਾ ਦੋ ਸਾਲ ਤੋਂ ਚੜਾ ਰਹੇ ਹਾਂ ਐਮਐਸਪੀ ਜੋ ਸਰਕਾਰ ਨਿਸ਼ਚਿਤ ਕਰਦੀ ਹੈ ਗਵਰਨਮੈਂਟ ਆਫ ਇੰਡੀਆ ਅਸੀਂ ਪੂਰੀ ਦੀ ਪੂਰੀ ਪੇਮੈਂਟ विदाउट एनी डिडक्शन ਮੇਰਾ ਕਹਿੰਦਾ ਭਾਵ ਕਿ ਜਿਹੜੇ ਅਸੀਂ ਕਿਸਾਨ ਨੂੰ ਕੋ ਅਡਵਾਂਸ ਪੈਸੇ ਦਿੰਨੇ ਆ ਉਹਦੇ ਮੰਗਣ ਤੇ ਅਸੀਂ ਉਹ ਵੀ ਪੈਸੇ ਜੋ ਨਹੀਂ ਘਟਦੇ ਅਸੀਂ ਐਮਐਸਪੀ ਦੀ ਪੂਰੀ ਰਕਮ ਜੋ ਨਾ ਵਿਕਿਆ ਪਿਛਲੀ ਵਾਰ 1888 ਰੁਪਏ 1888 ਰੁਪਏ ਦੀ ਪੂਰੀ ਰਕਮ ਦਿੱਤੀ ਹੈ ਇਹ ਮੁਨੇਤਰ ਤੱਕ ਕਿ ਜਿਹੜੀ ਮਜ਼ਦੂਰੀ ਹੈ ਫਸਲ ਦੀ ਉਤਰਾਈ ਸਫਾਈ ਡਰੈਸਿੰਗ ਵਗੈਰਾ ਜਿਹੜੀ ਕਿ ਏਪੀਐਮਸੀ ਐਕਟ ਦੇ ਤਹਿਤ ਮੰਡੀ ਬੋਰਡ ਵੱਲੋਂ ਨਿਯਮਾਂ ਮੁਤਾਬਕ ਉਹ ਵੀ ਅਸੀਂ ਕਿਸਾਨ ਤੋਂ ਨਹੀਂ ਕੱਟੀ ਉਹ ਅਸੀਂ ਲੇਬਰ ਨੂੰ ਕਿਸਾਨ ਤੋਂ ਬਾਅਦ ਵਿੱਚ ਲੈ ਕੇ ਦਿੱਤੀ ਹੈ ਕਹਿੰਦਾ ਭਾਪਕੇ ਜੋ ਗਵਰਨਮੈਂਟ ਆਫ ਇੰਡੀਆ ਦੀ ਐਮਐਸਬੀਸੀ ਅਸੀਂ ਪੂਰੀ ਪੂਰੀ ਕਿਸਾਨ ਦੇ ਖਾਤੇ ਪਾਈ ਆ ਪਰ ਇਸ ਦੇ ਬਾਵਜੂਦ ਵੀ ਅੱਜ ਕੇਂਦਰ ਸਰਕਾਰ ਇਹ ਬਜੇਦਾ ਕਿ ਅਸੀਂ ਕਿਸਾਨਾਂ ਦੇ ਖਾਤੇ ਸਿੱਧੇ ਪੈਸੇ ਪਾਉਣੇ ਆ ਮੈਂ ਇਹ ਸਮਝਦਾ ਕਿ ਇਹ ਜਿਹੜਾ ਤਿੰਨ ਕਾਨੂੰਨ ਲਿਆਂਦੇ ਗਏ ਆ ਜਿਨ੍ਹਾਂ ਨੂੰ ਕਿਸਾਨ ਦੇ ਹਿਤ ਵਿੱਚ ਦੱਸਿਆ ਜਾ ਰਿਹਾ ਤੇ ਕਿਸਾਨ ਉਹਦਾ 7 ਮਹੀਨੇ ਤੋਂ ਵਿਰੋਧ ਕਰ ਰਹੇ ਆ ਪਹਿਲਾਂ 3-4 ਮਹੀਨੇ ਪੰਜਾਬ ਦੀਆਂ ਰੇਲਾਂ ਰੋਕੀਆਂ ਸੜਕਾਂ ਦੇ ਰੁਕੇ ਰਹੇ ਉਹ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਨੇ ਯੂਪੀ ਦੇ ਕਿਸਾਨਾਂ ਨੇ ਇਹ ਸਾਰਾ ਕੁਝ ਇਸ ਕਰਕੇ ਕੀਤਾ ਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਆਉਣ ਵਾਲਾ ਫਿਊਚਰ ਸਾਡੇ ਬੱਚਿਆਂ ਦਾ ਭਵਿੱਖ ਜੇ ਉਹ ਸੁਰੱਖਿਅਤ ਨਹੀਂ ਹੈ ਇਹਨਾਂ ਬਿੱਲਾਂ ਦੇ ਤਹਿਤ ਇਹਨਾਂ ਕਾਨੂੰਨਾਂ ਦੇ ਤਹਿਤ ਤਾਂ ਉਹਨਾਂ ਨੇ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਇਹ ਸ਼ੁਰੂ ਗਿਆਤ ਕੀਤੀ ਜਿਹੜੀ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਚੁੱਕੀ ਹੈ ਇਹ ਕੇਂਦਰ ਦੇ ਮੰਤਰੀ ਸਾਹਿਬਾਨ ਮਿਸ਼ਾਏ ਗੱਲ ਕਹਿੰਦੇ ਆ ਬੀਜੇਪੀ ਨਾਲ ਜਿਹੜੇ ਲੋਕ ਜੁੜੇ ਨੇ ਕਿ ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅਧੋਲਣ ਹੈ ਜਾਂ ਕਿ ਇਹ ਪੂਰੇ ਦੇਸ਼ ਦਾ ਅਧੋਲਣ ਹੈ ਪੰਜਾਬ ਹਰਿਆਣਾ ਦੀ ਸ਼ੁਰੂਆਤ ਹੈ ਕਿਉਂ ਕਿ ਇਹ ਜਿਹੜਾ ਐਮਐਸਪੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੀ ਕਹਿੰਦੀ ਹੈ ਕਿ ਸੀ ਹੈ ਰਹੇਗੀ ਇਹ ਇੱਕ ਵਾਅਦਾ ਨਹੀਂ ਐਮਐਸਪੀ ਕੋਈ ਬੀਜੇਪੀ ਨਹੀਂ ਦੇਣੀ ਐਮਐਸਪੀ ਤਾਂ ਜਦੋਂ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਸੀ ਜਦੋਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਕਟਿਆ ਨਾਜ ਪੀਵੀ 18 ਵਰਗੀ ਕਣਕ AP ਗਰਾਹੀ ਰੰਗ ਦੀ ਮਸੀਕਣ ਕਣਕ ਜਿਹਨੂੰ ਕਹਿੰਦੇ ਸੀ ਜਿਹੜੀ ਜਨਮਰ ਨਹੀਂ ਗਾਦੇ ਸੀ ਉਹ ਖਾਣ ਵਾਸਤੇ ਮਜਬੂਰ ਸੀ ਤਾਂ ਉਸ ਵੇਲੇ ਸ਼੍ਰੀ ਲਾਲਬਾਦਰ ਸ਼ਾਹਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਉਸ ਤੋਂ ਬਾਅਦ ਇਹ ਯਕੀਨੀ ਬਣਾਇਆ ਕਿ ਜਿਹੜੀ ਤੁਸੀਂ ਫਸਲ ਬੀਜੋਗੇ ਐਸ ਰੇਟ ਤੋਂ ਘੱਟ ਨਹੀਂ ਖਰੀਦੀ ਜਾਏਗੀ ਤੁਹਾਡੀ ਐਮਐਸਪੀ ਮਿਨੀਮਮ ਸੋਰਸ ਪ੍ਰਾਈਸ ਇਸ ਤੋਂ ਘੱਟ ਨਹੀਂ ਖਰੀਦੀ ਜਾਏਗੀ ਤਾਂ ਇਹ ਕੋ ਅੱਜ ਦੀ ਗੱਲ ਹੀ 1966 ਤੋਂ ਚੱਲਿਆ ਆਉਂਦਾ ਹੈ ਤਕਰੀਬਨ 55-56 ਸਾਲ ਤੋਂ ਤਾ ਇਹ ਅੱਜ ਜਿਹੜੀ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਐ ਇਹ ਜਿਹੜੇ ਬਿੱਲ ਜਿਹੜੇ ਕਿਸਾਨਾਂ ਦੇ ਦਿੱਤੇ ਵਾਸਤੇ ਦਿੱਤੇ ਜਾ ਰਹੇ ਆ ਜਿਹਦੇ ਚ ਕੰਟਰੈਕਟ ਫਾਰਮ ਦੀ ਗੱਲ ਐ ਸਟਾਕ ਜਿੰਨਾ ਮਰਜੀ ਤੁਸੀਂ ਇਹ ਰੱਖ ਸਕਦੇ ਹੋ ਕੋਈ ਰੋਕ ਟੋਕ ਨਹੀਂ ਇਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਵਾਸਤੇ ਬਿੱਲ ਲੈਤੀ ਗਿਆ ਤੇ ਇਹ ਜਿਹੜੀ ਸਿੱਧੀ ਪੇਮੈਂਟ ਵਾਲੀ ਗੱਲ ਐ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਪੰਜਾਬ ਦੇ ਆੜਤੀਆਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਕਾਊਂਟਰ ਸਾਹਿਬਾਨ ਨੂੰ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਸ਼ੁਰੂਆਤ ਐ ਇੱਕ ਜਿਵੇਂ ਕਿ ਜੇ ਹੁਣ ਇਹਨੂੰ ਗੱਲ ਨੂੰ ਮੰਨ ਲਈਏ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਜ਼ਿਮੀਦਾਰ ਦੇ ਖਾਤੇ ਸਿੱਧੇ ਪੈਸੇ ਪਾਉਣੇ ਆ ਪਹਿਲੀ ਗੱਲ ਤਾਂ ਅਸੀਂ ਇਹਦਾ ਸਵਾਲ ਕਰਦੇ ਆ ਤੁਹਾਡੇ ਰਾਈ ਕਿ ਸਿੱਧੀ ਕਰਨ ਦੀ ਨੋਬਤ ਕਿਉਂ ਆਈ ਤੁਸੀਂ ਵੀ ਪੈਸੇ ਕਿਸਾਨ ਨੂੰ ਐਮਐਸਪੀ ਦੇ ਦਿੰਨੇ ਅਸੀਂ ਵੀ ਪੈਸੇ ਦੇ ਰਹੇ ਹਾਂ ਮੇਰਾ ਖੁੱਲਾ ਚੈਲੰਜ ਹੈ ਕਿ ਪਿਛਲੇ 2 ਸਾਲ ਤੋਂ ਅਸੀਂ ਆਨਲਾਈਨ ਆਰਟੀਐਸ ਕਰਕੇ ਯੂਟੀਆਰ ਨੰਬਰ ਦੇ ਕੇ ਸਰਕਾਰ ਨੂੰ 100% ਪੇਮੈਂਟ ਪਾਉਣੇ ਆ ਮਤਲਬ ਪੁਆਇੰਟ ਬੱਸ ਇੱਕ ਨਿੱਕਾ ਪੈਸਾ ਵੀ ਸਾਨੂੰ ਐਮਐਸਪੀ ਚੋਂ ਅਸੀਂ ਡਿਡੈਕਟ ਨਹੀਂ ਕਰਦੇ ਪੂਰੀ ਪੂਰੀ ਪੇਮੈਂਟ ਪਾਉਣੀ ਹੈ ਐਵੇਂ ਤੁਸੀਂ ਪਾਉਣੀ ਹੈ ਦੂਜੇ ਪਾਸੇ ਇਸ ਤੋਂ ਪਹਿਲਾਂ ਗੱਲ ਇਸ ਕਰਕੇ ਮੈਂ ਸਵਾਲ ਨੂੰ ਕਰ ਲੱਗਾ ਵੀ 2 ਸਾਲ ਤੋਂ ਪਹਿਲਾਂ ਅਸੀਂ ਚੈੱਕ ਰਹੀ ਪੇਮੈਂਟ ਦਿੰਦੇ ਸੀ ਉਦੋਂ ਵੀ ਪੂਰੀ ਪੇਮੈਂਟ ਦਿੰਦੇ ਸੀ ਤੇ ਅੱਜ ਇਹ ਨੌਬਤ ਕਿਉਂ ਆਈ ਹੈ ਇਹਦੀ ਨੌਬਤ ਇਸ ਕਰਕੇ ਆ ਕਿ ਪਹਿਲਾਂ ਤਾਂ ਜਿਹੜੇ ਕਾਰਪੋਰੇਟ ਘਰਾਣਿਆਂ ਦੀਆਂ ਵੱਖ-ਵੱਖ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੇ ਸਾਡੇ ਪ੍ਰਾਈਵੇਟ ਬੈਂਕ ਨੇ ਜਿਵੇਂ ਚੇਟਚਡੀਫਸੀ ਆਈਸੀਆਈਆ ਆ ਹੋਰ ਬੈਂਕਾਂ ਨੇ ਜਾਂ ਨੈਸ਼ਨਲ ਬੈਂਕਾਂ ਨੇ ਨੈਸ਼ਨਲ ਸਟੇਟ ਦੀਆਂ ਜਿਹੜੀਆਂ ਬੈਂਕਾਂ ਨੇ ਇੰਡੀਆ ਦੀਆਂ ਉਹਨਾਂ ਦਾ ਲੋਨ ਬਹੁਤ ਘੱਟ ਹੈ ਪੰਜਾਬ ਹਰਿਆਣੇ 'ਚ ਜ਼ਿਆਦਾਤਰ ਜਿਹੜਾ ਕਿਸਾਨਾਂ ਦੇ ਉੱਪਰ ਲੋਨ ਹੈ ਬੋਝ ਹੈ ਉਹ ਪ੍ਰਾਈਵੇਟ ਬੈਂਕਾਂ ਦਾ ਹੈ ਤਕਰੀਬਨ 70000 ਕਰੋੜ ਰੁਪਏ ਅੰਕੜੇ ਦੱਸਦੇ ਆ ਕਿ ਕਿਸਾਨੀ ਦੇ ਉੱਪਰ ਬੈਂਕਾਂ ਦਾ ਲੋਨ ਹੈ ਜਿਹਦੇ 'ਚੋਂ ਮੈਂ ਸਮਝਦਾ ਕਿ 80 85 90% ਜਿਹੜਾ ਐਨਪੀਓ ਚੁੱਕਾ ਡਿਫਾਲਟ ਹੋ ਚੁੱਕਾ ਕਿਸਾਨ ਦੀ ਆਰਥਿਕ ਦਸ਼ਾ ਇੰਨੀ ਮਾੜੀ ਹੋ ਚੁੱਕੀ ਹੈ ਕਿਸਾਨ ਆਤਮ ਹਤਾਸ ਤੇ ਮਜਬੂਰ ਹੋ ਚੁੱਕਾ ਹੈ ਪਹਿਲੀ ਗੱਲ ਤਾਂ ਇਹ ਵੀ ਕਿਸਾਨ ਦੇ ਖਾਤੇ 'ਚ ਪੈਸੇ ਪਾ ਕੇ ਜਿਹੜਾ ਬੈਂਕਾਂ ਨੇ ਅਡਵਾਂਸ ਦਿੱਤਾ ਪੈਸਾ ਇਹਨਾਂ ਦਾ ਐਨਪੀਏ ਹੋ ਚੁੱਕਾ ਹੈ ਜਾਂ ਵਾਪਸ ਨਹੀਂ ਆ ਰਿਹਾ ਜਾਂ ਡਿਫਾਲਟਰ ਕਿਸਾਨ ਹੋ ਗਿਆ ਉਹਨਾਂ ਦੀ ਰਿਕਵਰੀ ਕਰਨ ਦਾ ਪ੍ਰਣਾਲਾ ਸਰ ਇਸ ਨੂੰ ਕਿਵੇਂ ਸਮਝਦੇ ਹੋ ਤੁਸੀਂ ਕਿ ਜੇ ਮਤਲਬ ਜਵੇਂ ਆੜਤੀਆਂ ਨੇ ਖੁੱਲ ਕੇ ਸਮਰਥਨ ਕੀਤਾ ਕਿਸਾਨਾਂ ਦਾ ਕਿ ਇਸ ਨੂੰ ਇਸੇ ਤਰ੍ਹਾਂ ਸਮਝਦੇ ਹੋਗੇ ਜਿਹੜਾ ਖਾਕਾ ਖਾਕਾ ਜਿਹੜਾ ਤਿਆਰ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਕਿ ਇਸੇ ਦਾ ਬਦਲਾ ਦੇਖੋ ਮੈਂ ਹੁਣ ਵੀ ਗੱਲ ਕਹਿਣਾ ਬਹੁਤ ਸਾਰੇ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਇੱਕ ਚੈਨਲ ਵਾਲਾ ਇਹਦੀ ਘਟਿਆ ਬਕਵਾਸबाजी ਕਰ ਰਿਹਾ ਸੀਗਾ ਕਹਿੰਦਾ ਜੀ ਆੜਤੀਆਂ ਨੇ ਇਹ ਅਧੋਲਨ ਖੜਾ ਕੀਤਾ ਪੰਜਾਬ ਦੇ ਹਰਿਆਣੇ ਦੇ ਨੇ ਹਜ਼ਾਰਾਂ ਕਰੋੜ ਰੁਪਏ ਇਹਦੇ ਤੇ ਇਨਵੈਸਟ ਕੀਤੇ ਗਏ ਅੱਜ ਨੇ ਪੀਜ਼ੇ ਜਿੰਨਾ ਜਿੰਨੇ ਉੱਤੇ ਪਕਵਾਨ ਬੰਦਦੇ ਰੁਪਏ ਦਿੰਦੇ ਰਹੇ ਜਿਹੜੇ ਆ ਕਿਸਾਨਾਂ ਦੇ ਵਾਸਤੇ ਉਹ ਮ사ਜ ਚੇਅਰ ਲਾਈਆਂ ਕਿਆਂ ਵਰਦੀਆਂ ਲਾਈਆਂ ਕਿਆਂ ਜੋ ਸੁਖ ਸੁਖ ਹੁਤਾ ਆਰਤੀਆਂ ਦਿੱਤੀਆਂ ਗਈਆਂ ਬੜਾ ਦੁੱਖ ਲੱਗਾ ਵੀ ਜਿਹੜੇ ਸਰਕਾਰੀ ਇਹ ਗੋਦੀ ਮੀਡੀਆ ਜਿਹੜੀਆਂ ਬਕਵਾਸ ਬਾਜ਼ੀ ਕੀਤੀ ਐ ਮੈਂ ਨਾ ਕਿ ਸ਼ਰਮ ਨਾਲ ਸਿਰ ਝੁਕਦਾ ਵੀ ਐਡਾ ਗਿਰ ਗਿਆ ਸਾਡਾ ਸੋਸ਼ਲ ਮੀਡੀਆ ਤੇ ਇਹੋ ਜਿਹੇ ਜਿਹੜੇ ਚੈਨਲ ਜਿਹੜੀ ਬਕਵਾਸ ਬਾਜ਼ੀ ਕਰਦੇ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੈਨੂੰ ਦੁੱਖ ਬੜਾ ਹੈ ਉਹ ਅੱਜ ਉਹਨਾਂ ਨੇ ਇੰਨੀ ਬਕਵਾਸ ਕੀਤੀ ਕਿ ਜਿਹੜੇ ਆਰਤੀਏ ਆ ਜਿਹੜੇ ਜਿਨ੍ਹਾਂ ਦਾ ਅੱਜ ਰੋਟੀ ਰੋਜ਼ੀ ਖੋਹੀ ਜਾ ਰਹੀ ਆ ਇਹ ਉਹਨਾਂ ਦੀ ਦੇਣ ਆ ਜਿਹੜਾ ਇਜਿਟੇਸ਼ਨ ਕੀਤੀ ਮੈਂ ਚਲੇ ਹੀ ਕਰਦਾ ਸਰਕਾਰ ਆਪਣੀਆਂ ਟੈਲੀਜੈਂਸ ਏਜੰਸੀਆਂ ਤੋਂ ਕੋਰੀ ਕਰਾਵੇ ਕਿਸੇ ਪੰਜਾਬ ਦੇ ਹਰਿਆਣਾ ਦੇ ਆੜਤੀਏ ਨੇ ਇੱਕ 100 ਰੁਪਿਆ ਵੀ ਇਸ ਜਿਹੜਾ ਐਜੀਟੇਸ਼ਨ ਵਿੱਚ ਯੋਗਦਾਨ ਨਹੀਂ ਪਾਇਆ ਉਹਨਾਂ ਦੀ ਮਦਦ ਕਰਨੀ ਜਾਂ ਉਹਨਾਂ ਦੇ ਮਗਰ ਜਾਣਾ ਜਾਂ ਸਾਥ ਦੇਣਾ ਉਹ ਸਾਡੀ ਆਪਣੀ ਜ਼ਰੂਰਤ ਹੈ ਕਿਉਂਕਿ ਅਸੀਂ ਲੋਕ ਕਿਸਾਨੀ ਨਾਲ ਜੁੜੇ ਹੋਇਆ ਸਾਡਾ ਪੰਜਾਬ ਹਰਿਆਣਾ ਜਿਹੜਾ ਐਗਰੀਕਲਚਰ ਸੂਬਾ ਹੈ ਇਸੇ ਐਗਰੀਕਲਚਰ ਸੂਬੇ ਨਾਲ ਹਰਤ ਚੱਲਦੀ ਹੈ ਸਾਡੀ ਰੋਟੀ ਰੋਜੀ ਹੈ ਸਾਡੇ ਅਕਾਊਂਟੈਂਟ ਸਹਿਬਾਨ ਪਾਲਦੇ ਨੇ ਇਹਦੇ ਨਾਲ ਦੀ ਸਾਡਾ ਛੋਟਾ ਦੁਕਾਨਦਾਰ ਵੱਡਾ ਦੁਕਾਨਦਾਰ ਇੰਡਸਟਰੀ ਜਿਹੜੀ ਆ ਉਹ ਰੋਟੀ ਰੋਜੀ ਦਾ ਸਾਧਨ ਕਿਸਾਨੀ ਤੇ ਡਿਪੈਂਡ ਹੈ ਸਾਡੇ ਕੋਲ ਹੋਰ ਕੋਈ ਇਸ ਦੀ ਰਿਐਲਿਟੀ ਨਹੀਂ ਆਉਂਦੀ ਕੋਈ ਤਾਂ ਆਪਣੇ ਕੋਲ ਮਾਰਬਲ ਨਹੀਂ ਕੋਈ ਕੋਲਾ ਨਹੀਂ ਕੋਈ ਤੇਲ ਨਹੀਂ ਕੋਈ ਹੋਰ ਐਹੋ ਜੀ ਚੀਜ਼ ਨਹੀਂ ਜਿਹਦੇ ਨਾਲ ਕੇ ਸਾਡੇ ਪੰਜਾਬ ਦੇ ਹਰਿਆਣੇ ਦੇ ਲੋਕ ਜਿਹੜੇ ਵਪਾਰੀ ਲੋਕ ਹੈ ਉਹ ਆਪਣਾ ਬੱਚਿਆਂ ਦਾ ਪੇਟ ਭਰ ਸਕਣ ਤਾਂ ਇਸ ਕਰਕੇ ਉਹ ਜਿਹੜੀਆਂ ਜੜੀਆਂ ਹਰਕਤਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਦੇ ਨਾਲ ਜੋੜਦੇ ਹਾਂ ਕਿਸਾਨ ਅੰਦੋਲਨਾਂ ਕਿਸਾਨ ਅੰਦੋਲਨ ਦਾ ਅਸੀਂ ਮਦਦ ਜਿਹੜੀ ਕਰਦੇ ਆਂ ਜਿਸ ਤਰ੍ਹਾਂ ਉਹ ਲੋਕ ਜਾਣਦੇ ਨੇ ਪਿੰਡਾਂ ਦੇ ਵਿੱਚ ਉਹ ਅਸੀਂ ਵੀ ਜਾਣਦੇ ਆ ਸਾਡੇ ਲੋਕ ਵੀ ਜਾਣਦੇ ਆ ਹਮਦਰਦੀ ਹੈ ਉਹ ਲੜਾਈ ਸਾਡੀ ਲੜ ਰਹੀ ਹੈ ਜਿੱਦਨ ਕਿਸਾਨੀ ਖਤਮ ਹੋ ਗਈ ਆਰਥਿਕ ਆਤਮਨਿਰਭਵ ਖਤਮ ਹੋ ਜਾਣਾ ਆਰਥਿਕ ਖਤਮ ਹੋ ਗਿਆ ਕਰਿਆਨਾ ਮਲੇਰੀ ਵਿਜਾਜੀ ਰੈਡੀਮੇਡ ਜੋ ਵੀ ਸਾਡਾ ਛੋਟਾ ਵੱਡਾ ਵਪਾਰੀ ਹੈ ਇੰਡਸਟਰੀ ਹੈ ਉਹ ਪੰਜਾਬ ਦੀ ਖਤਮ ਹੋ ਜੂਗੀ ਇਹ ਹੁਣ ਮੈਂ ਦੱਸ ਰਿਹਾ ਸੀ ਵੀ ਇੱਕ ਤਾਂ ਗਵਰਨਮੈਂਟ ਆਫ ਇੰਡੀਆ ਦੀ ਇਹ ਸਾਜ਼ਿਸ਼ ਹੈ ਕਿ ਜਿਹੜੇ ਕਿਸਾਨਾਂ ਦੇ ਖਾਤੇ ਪੈਸੇ ਜਾਣਗੇ ਜਿਹੜੇ ਉਹਨਾਂ ਦੇ ਬੈਂਕਾਂ ਦੇ ਪੈਸੇ ਪਿਛਲੇ ਕਈ ਸਾਲਾਂ ਦੇ ਨਹੀਂ ਦੇ ਸਕਿਆ ਕਿਸਾਨ ਮਜਬੂਰੀ ਦੇ ਵਿੱਚ ਉਹਨਾਂ ਦੀ ਰਿਕਵਰੀ ਦੂਜਾ ਕਿਸਾਨ ਤੇ ਆਰਤੀਆਂ ਦੇ ਰਿਸ਼ਤਿਆਂ ਦੇ ਵਿੱਚ ਤੋੜ ਪਾਉਣਾ ਦਰਾਰ ਪਾਉਣੀ ਉਹਦੇ ਤੋਂ ਹੌਲੀ-ਹੌਲੀ ਆਰਤੀਆ ਕਿਸਾਨਾਂ ਨੂੰ ਅਡਵਾਂਸ ਦੇਣ ਤੋਂ ਅੜ ਜਾਏਗਾ ਉਦੋਂ ਬੈਂਕਾਂ ਜਿਹੜੇ ਪੈਸੇ ਕਿਸਾਨ ਦੇ ਰੋਕ ਲਣਗੀਆਂ ਕਿਸਾਨ ਮਰਨ ਵਾਸਤੇ ਹੋਰ ਮਜਬੂਰ ਹੋਊਗਾ ਆਤਮ ਹਤਿਆਸ ਤੇ ਮਜਬੂਰ ਹੋਊਗਾ ਜਿਹੜੀਆਂ ਮੰਡੀਆਂ ਨੇ ਐਪੀਐਮਸੀ ਅਗਰੇ ਦੇ ਤਹਿਤ ਸਰਕਾਰੀ ਬਣੀਆਂ ਅਰਬਾਂ ਰੁਪਏ ਖਰਚ ਕਰਕੇ ਪੰਜਾਬ ਸਰਕਾਰ ਨੇ ਉਹ ਜਿਹੜੀਆਂ ਮੰਡੀਆਂ ਖਤਮ ਹੋ ਜਾਣਗੀਆਂ ਜਦੋਂ ਮੰਡੀਆਂ ਖਤਮ ਹੋ ਗਈਆਂ ਐਫਸੀਆਈ ਜਿਹੜੀ ਆਪਣੇ ਆਪ ਵਿਸਥਾਰ ਕਰ ਦੇਗੀ ਜਿਹੜੀ ਅੱਜ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਨਾਲ 4 ਲੱਖ ਕਰੋੜ ਦੇ ਘਾਟੇ ਤੇ ਤਕਰੀਬਨ ਜਾ ਰਹੀ ਹੈ ਉਹ ਕਿੰਨਾ ਇਧਰ ਘਾਟਾ ਸਹੂਗੀ ਸਰਕਾਰ ਉਹਨੂੰ ਖੀਰ ਇਹ ਬਹਾਨਾ ਬਣਾ ਕੇ ਪ੍ਰਾਈਵੇਟ ਕਰ ਦੇਣਗੇ ਪ੍ਰਾਈਵੇਟ ਅਥਾਈ ਦੇ ਦੇਣਗੇ ਜਿਹੜੀ ਖਰੀਦਾ ਪ੍ਰਬੰਧ ਤਾਂ ਉਹ ਆਟੋਮੈਟਿਕਲੀ ਜਿਹੜੇ ਤਿੰਨ ਕਾਨੂੰਨ ਲੈਂਦੇ ਗਏ ਆ ਚਾਹੇ ਉਹ ਕਾਰਪੋਰੇਟ ਘਰਾਣਿਆਂ ਦੀ ਗੱਲ ਕਰੀਏ ਜਾਂ ਉਹਨੂੰ ਜਿਹੜੀ ਕਿ ਆਪਣਾ ਕੰਟਰੈਕਟ ਫਾਰਮ ਦੀ ਗੱਲ ਕਰੀਏ ਚਾਹੇ ਜਿੰਨਾ ਮਰਜ਼ੀ ਸਟੋਰ ਕਰ ਲੈਣ ਉਹਦੇ ਤੇ ਖਤਮ ਕਰ ਦਿੱਤੀ ਹੈ ਲਿਮਟ ਹੀ ਉਹ ਸਾਰੇ ਜਾਂ ਆਪਣੇ ਆਪ ਲਾਗੂ ਹੋ ਜਾਣੀਆਂ ਇਹ ਇੱਕ ਸ਼ੁਰੂਆਤ ਹੈ ਕਿ ਪੈਸੇ ਕਿਸਾਨਾਂ ਦੇ ਖਾਤੇ ਪਾ ਦਿਓ ਆਰਤੀ ਦੇ ਕਿਸਾਨਾਂ ਦੇ ਰਿਸ਼ਤੇ ਤੋੜ ਦਿਓ ਤੇ ਕਿਸਾਨ ਜਿਹੜਾ ਪਹਿਲਾਂ ਹੀ ਮੈਂ ਸਮਝਦਾ ਕਿ ਬੜਾ ਆਰਥਿਕ ਕੋਕੂ ਜੋਰ ਹੈ ਉਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ ਕਿਉਂਕਿ ਬੈਂਕਾਂ ਵਾਲੇ ਨਾਲ ਲਿਮਟਾਂ ਵਤਾਂਦੇ ਆ ਨਾ ਉਹਨੂੰ ਪੈਸੇ ਦਿੰਦੇ ਕਿਸਾਨ ਦੇ ਜ਼ਰੂਰਤ ਮੁਤਾਬਕ ਉਹ ਆਰਤੀਓ ਤਾਂ ਪੈਸੇ ਲੈ ਕੇ ਫਸਲ ਬੀਜਦਾ ਆ ਆਰਤੀਓ ਤਾਂ ਪੈਸੇ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ ਆ ਆਰਤੀਓ ਤਾਂ ਪੈਸੇ ਲੈ ਕੇ ਮਕਾਨ ਬਣਾਉਂਦਾ ਫਸਲ ਵੇਚ ਕੇ ਆਰਤੀਓ ਦੇ ਵਾਪਸ ਕਰਦਾ ਇਹ ਸਾਰਾ ਸਰਕਲ ਨੂੰ ਇੱਕ ਤੋੜਨ ਦੀ ਸਾਜ਼ਿਸ਼ ਹੈ ਜਿਹੜੀ ਕਿ ਇਹ ਮਤਲਬ ਮੈਂ ਸਮਝਦਾ ਕਿ ਡਾਇਰੈਕਟ ਪੇਮੈਂਟ ਉਹ ਦਾ ਫਾਰਮਰ ਦੀ ਗੱਲ ਕੇਂਦਰ ਸਰਕਾਰ ਕਰ ਰਹੀ ਹੈ ਜਦ ਕੇ ਮੈਂ ਚੈਲੰਜ ਕਰਦਾ ਹਾਂ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਇੱਕ 20 ਕਿਸਾਨ ਆਣ ਕੇ ਗੱਲ ਕਹੇ ਕਿ ਮੇਰੇ ਆਰਟੀਰੀ ਨੇ ਪੈਸੇ ਨਹੀਂ ਦਿੱਤੇ ਜਾਂ ਐਮ ਐਸ ਪੀ ਦੇ ਵਿੱਚੋਂ ਕੋਈ 100 ਰੁਪਏ ਕੱਟ ਕੇ ਪੈਸੇ ਦਿੱਤੇ ਆ ਤਾਂ ਅਸੀਂ ਉਹਨਾਂ ਦਾ ਕਾਨੂੰਨ ਮੰਨਣ ਨੂੰ ਤਿਆਰ ਆ ਕਿਸਾਨ ਦੀ ਮਰਜ਼ੀ ਤੇ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇ ਰੋਜ਼ ਹੈ ਜਿਹਦੇ ਕਰਕੇ ਉਹ ਪਿਛਲੇ 3 ਮਹੀਨੇ ਤੋਂ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਬਾਹਰੋਂ ਦੇ ਬੈਠਾ ਉਹ ਗੱਲ ਜਿਹੜੀ ਸੱਚਾਈ 'ਚ ਬਦਲ ਜੂਗੀ ਜਿਸ ਗੱਲ ਤੋਂ ਕਿਸਾਨ ਅੱਜ ਪਰੇਸ਼ਾਨ ਹੈ ਜਿਸ ਕਰਕੇ ਕਿਸਾਨ ਆਪਣੇ ਘਰ-ਬਾਰ ਛੱਡ ਕੇ ਸਾਡੀਆਂ ਬੀਬੀਆਂ ਪਣਾ ਬੇਟੀਆਂ ਮਾਤਾਵਾਂ 90-90 ਸਾਲ ਦੇ ਬਜ਼ੁਰਗ ਤਿੰਨ ਮਹੀਨੇ ਤੋਂ ਬੈਠੇ ਆ ਕਹਿ ਦੇਣਾ ਬੜਾ ਸੌਖਾ ਇੱਕ ਦਿਨ ਵੀ ਘਰ ਛੱਡਣਾ ਔਖਾ ਹੈ ਉਹ ਲੋਕ ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ ਕਿਸਾਨਾਂ ਨੂੰ ਜਿਹੜੇ ਤਿੰਨ ਮਹੀਨੇ ਤੋਂ ਲਗਾਤਾਰ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਵਾਸਤੇ ਆਪਣੇ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਫਸਲਾਂ ਬਚਾਉਣ ਵਾਸਤੇ ਆਪਣੀ ਨਸਲਾਂ ਬਚਾਉਣ ਵਾਸਤੇ ਬਾਰਡਰਾਂ ਤੇ ਬੈਠੇ ਆ ਮੈਂ ਉਹਨਾਂ ਨੂੰ ਸਲੂਟ ਕਰਦਾ ਤੇ ਮੈਂ ਫਿਰ ਕੇਂਦਰ ਦੀ ਸਰਕਾਰ ਨੂੰ ਸਾਰੇ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਹੈ ਕਿਸਾਨਾਂ ਦੀ ਗੱਲ ਸੁਣ ਕੇ ਦੁਬਾਰਾ ਵਿਚਾਰ ਕਰਕੇ ਦੁਬਾਰਾ ਬਿੱਲ ਲਿਆਓ ਇਹਨਾਂ ਨੂੰ ਵਾਪਸ ਲਓ ਤੇ ਆ ਜਿਹੜਾ ਕਿਸਾਨਾਂ ਤਿਆਰਤੀਆਂ ਦਾ ਪਿਛਲੇ 7 ਅਧਕਿਆਂ ਤੋਂ ਰਿਸ਼ਤੇ ਬਣੇ ਆ ਜਿਹੜਾ ਕਿ ਵਿਸ਼ਵ ਦੇ ਵਿੱਚ ਇੱਕ ਬਿਹਤਰੀਨ ਮੰਡੀਕਰਨ ਸਿਸਟਮ ਹੈ ਪੰਜਾਬ ਦਾ ਹਰਿਆਣੇ ਦਾ ਹਿੰਦੁਸਤਾਨ ਦਾ ਜਿੱਥੇ ਪੂਰੀ ਦੀ ਪੂਰੀ ਫਸਲ ਪੂਰੇ ਰੇਟ ਤੇ ਰੇਟ ਤੋਂ ਵੱਧ ਵਿਕਦੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਦਾ ਜਿਹੜਾ ਆਉਣ ਵਾਲਾ ਫਿਊਚਰ ਹੈ ਸਰ ਜੀ ਨੂੰ ਨਾ ਸਾਡੀ ਨੂੰ ਗੱਲ ਨੂੰ ਸੁਣਿਆ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਮਾਨਯੋਗ ਪੰਜਾਬ ਰਾਜ ਹਾਈ ਕੋਰਟ ਦੇ ਵਿੱਚ ਜਿਹੜਾ 2013 ਵਿੱਚ ਫੈਸਲਾ ਆਇਆ ਸੀ ਉਹਨੂੰ ਵੀ ਇੰਟਰੈਕਸ਼ਨ ਦਵਾਉਣ ਵਾਸਤੇ ਪੰਜਾਬ ਸਰਕਾਰ ਨੂੰ ਸਾਨੂੰ ਜਿਹੜਾ ਮਜਬੂਰ ਹੋਣਾ ਪੈਗਾ ਨਹੀਂ ਤਾਂ ਅਸੀਂ 1 April ਤੱਕ ਕਿਸਾਨ ਜਥੇਬੰਦੀਆਂ ਨਾਲ ਸਲਾਮ ਮਸ਼ਵਰਾ ਕਰਕੇ ਪੂਰੇ ਪੰਜਾਬ ਦੇ ਜਿਹੜੇ 8 ਲੱਖ ਕਿਸਾਨ ਹੈ ਆਹ ਸੌਰੀ ਮਜ਼ਦੂਰ ਨੇ 15 ਲੱਖ ਦੇ ਕਰੀਬ ਕਿਸਾਨ ਮੰਡੀਆਂ ਚਾਹੁੰਦੇ ਆ ਆਪਣੇ ਕਾਊਂਟਰ ਸਾਹਿਬਾਂ ਤੇ ਆਪਣੇ ਪਰਿਵਾਰਾਂ ਸਮੇਤ ਅਸੀਂ ਕਾਰੋਬਾਰ ਆਪਣਾ ਠਾਪ ਕਰਕੇ ਸੜਕਾਂ ਤੇ ਆਵਾਂਗੇ ਤਾਂ ਮਜਬੂਰ ਕਰਾਂਗੇ ਸਰਕਾਰ ਨੂੰ ਕਿ ਸਾਡਾ ਸਿਸਟਮ ਜਿਹੜਾ ਬਿਹਤਰੀਨ ਸਿਸਟਮ ਹੈ ਉਹਨੂੰ ਜਿੰਦਾ ਰੱਖਿਆ ਜਾਵੇ ਉਹਨੂੰ ਜੇ ਉਹਦੇ ਕੋਈ ਕਮੀ ਹੈ ਉਹਦੇ ਸੋਧ ਕਰ ਲੈਣ ਲੇਕਿਨ ਇਹ ਨਹੀਂ ਕਿ ਉਹਨੂੰ ਖਤਮ ਕੀਤਾ ਜਾਵੇ